ਸਭ ਤੋਂ ਪਹਿਲੇ ਤਾਂ ਮੈਂ ਗਿਆ ਡਰ, ਡਰ ਕਿਸ ਵਜ੍ਹਾ ਤੋਂ ਗਿਆ? ਬਾਕੀ ਇਹਦਾ ਉਤਲਾ ਕਿਨਾਰਾ ਲਾਉਣਾ ਉਹ ਵੀ ਡਾਉਂਦੇ, 3-4 ਦਾ ਟਾਈਮ ਅਤੇ ਮੈਂ ਆਪਣਾ ਰਸਤੇ ਨਾਲ ਜਾ ਰਿਹਾ। ਬਿਸਮਿਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ ਪਿਆਰੇ ਭੈਣ ਭਰਾਓ, ਕੀ ਹਾਲ ਚਾਲ ਤੁਹਾਡਾ? ਉਮੀਦ ਹੈ ਕਿ ਤੁਸੀਂ ਸਾਰੇ ਅੱਲਾਹ ਦੇ ਫਜ਼ਲ ਕਰਮ ਨਾਲ ਬਿਲਕੁਲ ਠੀਕ ਠਾਕ ਹੋ ਗਏ। ਅੱਲਾਹ ਪਾਕ ਹਮੇਸ਼ਾ ਖੁਸ਼ ਰੱਖੇ, ਆਮੀਨ ਸੁਮਾ ਆਮੀਨ। ਇਸੇ ਪਿਆਰੀ ਜੀ ਦੁਆ ਦੇ ਨਾਲ ਅੱਜ ਦਾ ਮਜ਼ੇਦਾਰ ਕਰਦੇ ਹਾਂ ਵਲੋਗ ਸ਼ੁਰੂ। ਵਲੋਗ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਭੈਣ ਭਰਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ ਫਟਾਫਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲੇ ਬੈੱਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਬਰਵਕਤ ਸਾਡੇ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅੱਛਾ ਜੀ, ਅੱਜ ਦਾ ਵਲੋਗ ਦੇ ਵਿੱਚ ਮੈਂ ਕੀ ਕਰਨ ਵਾਲਾ? ਸਭ ਤੋਂ ਪਹਿਲੇ ਤਾਂ ਮੈਂ ਗਿਆ ਡਰ, ਡਰ ਕਿਸ ਵਜ੍ਹਾ ਤੋਂ ਗਿਆ? ਇਹ ਆਪਣੇ ਭੈਣ ਭਰਾਵਾਂ ਨਾਲ ਮੁਕੰਮਲ ਡਿਟੇਲ ਨਾਲ ਵਲੋਗ ਸ਼ੇਅਰ ਕਰੂੰਗਾ। ਡਰ ਇਸ ਵਜ੍ਹਾ ਤੋਂ ਗਿਆ ਕਿ ਮੈਂ ਅੱਜ ਲਾਉਣੀ ਸੀਗੀ ਮਿੱਟੀ, ਮਤਲਬ ਕਿ ਮਿੱਟੀ ਕਹਾਣੀ ਬਣਾਉਣੀ ਸੀਗੀ, ਅਤੇ ਡਰ ਇਸ ਵਜ੍ਹਾ ਤੋਂ ਗਿਆ ਕਿ ਬਹੁਤ ਜ਼ਿਆਦਾ ਕੰਮ ਆ ਮਿੱਟੀ ਦਾ, ਆਖਰ ਦੋ ਹੁੰਦੇ, ਇਕੱਲਾ ਇਕੱਲਾ ਹੁੰਦਾ। ਅਤੇ ਬਾਕੀ ਮੈਂ ਨਾ ਸਲਾਹ ਚੇਂਜ ਕਰ ਲਈ ਕਿ ਅੱਜ ਮਿੱਟੀ ਨਹੀਂ ਬਣਾਉਂਦਾ, ਅਤੇ ਮੈਂ ਸੀਮਿੰਟ ਖਤਮ ਹੋਇਆ ਸੀਗਾ, ਸੀਮਿੰਟ ਖਤਮ ਹੋਇਆ ਉਹ ਸੀਮਿੰਟ ਲੈ ਕੇ ਆਉਣਾ, ਅਤੇ ਉਹ ਜਿਹੜੀ ਦੀਵਾਰ ਰਹਿੰਦੀ ਹੈ ਸਾਡੀ ਪਲਸਤਰ ਵਾਲੀ, ਉਹਨੂੰ ਪਲਸਤਰ ਪਕਾਇਆ ਬਾਹਰੋਂ ਕਰ ਲੈਂਦੇ ਹਾਂ, ਕਿਉਂਕਿ ਮਿੱਟੀ ਲਾਉਣਾ ਜਿਹੜਾ ਨਾ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਕਿਉਂਕਿ ਇੱਕ ਫੜਾਊਗਾ ਫਿਰ ਲਾਊਗਾ ਫਿਰ ਕਹਾਣੀ ਬਣਾਉਣੀ, ਬੜਾ ਜਿਹਾ ਕੰਮ ਹੁੰਦਾ ਮਿੱਟੀ ਦਾ। ਅਤੇ ਮੈਂ ਸੋਚਿਆ ਇਸ ਕਰਕੇ ਮੈਂ ਨਾ ਰਾਤ ਪਲੈਨ ਬਣਾਇਆ ਕਿ ਮੈਂ ਨਾ ਇਹਨੂੰ ਪਲੈਨ ਨੂੰ ਥੋੜ੍ਹਾ ਜਿਹਾ ਚੇਂਜ ਕਰ ਲਵਾਂ, ਕਿਉਂਕਿ ਮੈਂ ਇਕੱਲਾ ਬੰਦਾ ਅਤੇ ਮੇਰੇ ਕੋਲ ਹੁਣ ਨਹੀਂ ਹੋਣਾ, ਅਤੇ ਬਾਕੀ ਅੱਲਾ ਖੈਰ ਕਰੇ। ਹੁਣ ਮੈਂ ਮੋਟਰਸਾਈਕਲ ਲੈਣ ਗਿਆ ਸੀਗਾ ਅਤੇ ਮੋਟਰਸਾਈਕਲ ਮੈਨੂੰ ਨਹੀਂ ਲੱਭਿਆ, ਲੇਕਿਨ ਇੱਕ ਜਗ੍ਹਾ 'ਤੇ ਹੋਰ ਹੈ, ਦੂਸਰੇ ਮਸਾਂ ਕੋਲ ਪਤਾ ਕਰਦਾ ਅਗਰ ਮੋਟਰਸਾਈਕਲ ਨਾ ਮਿਲ ਗਿਆ ਤਾਂ ਫਿਰ ਮੈਂ ਸੀਮਿੰਟ ਲੈ ਆਊਂਗਾ, ਨਹੀਂ ਤਾਂ ਉਹਨਾਂ ਨੂੰ ਪੈਸੇ ਦੇ ਦੇਵਾਂਗਾ ਸੀਮਿੰਟ ਦੇ, ਅਤੇ ਉਹ ਉਹਨਾਂ ਦੇ ਅੱਡੇ 'ਤੇ ਰਹਿੰਦੇ ਤਾਂ ਉੱਥੋਂ ਵਾਪਸੀ ਆਉਣ ਲੱਗੇ ਉਹ ਲਈ ਆਉਣਗੇ। ਅਤੇ ਮਾਸ਼ਾਅੱਲਾ ਜੀ, ਮੈਂ ਹੁਣ ਬਿਨਾਂ ਟਾਈਮ ਵੇਸਟ ਕਰਨ ਤੋਂ ਉਹਨਾਂ ਕੋਲ ਚੱਲਿਆ, ਪਹਿਲਾਂ ਵੀ ਮੋਟਰਸਾਈਕਲ ਦਾ ਪਤਾ ਕਰ, ਅਗਰ ਮੋਟਰਸਾਈਕਲ ਲੱਭਦਾ ਤਾਂ ਮੋਟਰਸਾਈਕਲ ਲੈ ਕੇ ਉਹਨੇ, ਅਗਰ ਨਹੀਂ ਲੱਭਦਾ ਚਾਰ ਸਿਰੇ ਫਿਰ ਉਹਨਾਂ ਨੂੰ ਪੈਸੇ ਦੇ ਦੇਣੇ। ਅਤੇ ਮੈਂ ਆ ਕੇ ਬਣਾਉਣੀ ਆ ਸੀਮਿੰਟ, ਅਤੇ ਸੀਮਿੰਟ ਬਣਾ ਕੇ ਅਤੇ ਫਿਰ ਉਹਨੂੰ ਪਲਸਤਰ ਕਰੂੰਗਾ, ਕਿਉਂਕਿ ਇਹ ਕੰਮ ਇਕੱਲੇ ਬੰਦੇ ਦਾ ਚਲੋ ਬੰਦਾ ਕੋਈ ਨਾ ਕੋਈ ਕਰ ਲੈਂਦਾ, ਅਤੇ ਜਿਹੜਾ ਦੂਸਰਾ ਕੰਮ ਆ ਉਹ ਇਕੱਲੇ ਬੰਦੇ ਕੋਲ ਨਹੀਂ ਹੁੰਦਾ। ਅਤੇ ਬਾਕੀ ਅੱਲਾ ਖੈਰ ਕਰੇ, ਸੀਮਿੰਟ ਸਾਡਾ ਥੋੜ੍ਹਾ ਜਿਹਾ ਪਿਆ ਜੇ ਪਿਆ ਹੈਗਾ, ਥੋੜ੍ਹਾ ਜਿਹਾ ਪਿਆ ਹੋਇਆ ਇੱਧਰ ਚੈੱਕ ਕਰੋ, ਇਸ ਗੱਟੂ 'ਚ ਪਿਆ ਅਤੇ ਹੈ ਥੋੜ੍ਹਾ ਜਿਹਾ ਇੰਨਾ ਇੰਨਾ, ਯਾਨੀ ਕਿ ਸੀਮਿੰਟ ਜਿਹੜਾ ਨਾ ਉਹ ਉੱਥੇ ਨਹੀਂ, ਉੱਥੇ ਜ਼ਿਆਦਾ ਲੱਗਣਾ। ਇਹ ਔਜ਼ਾਰ ਮੇਰੇ ਸਾਰੇ ਮੈਂ ਇੱਥੇ ਰੱਖ ਦਿੱਤੇ, ਅਤੇ ਮੈਂ ਕਿਹਾ ਪਹਿਲਾਂ ਹੁਣ ਮੈਂ ਨਾ ਕੀ ਕਰਾਂ, ਜਾ ਕੇ ਨਾ ਸੀਮਿੰਟ ਦਾ ਪਤਾ ਕਰਕੇ ਆਵਾਂ, ਕਿਉਂਕਿ ਮਿੱਟੀ ਜਿਹੜੀ ਹੈ ਨਾ ਮਿੱਟੀ ਬਹੁਤ ਲਾਉਣੀ ਔਖੀ, ਸੀਰੀਅਸ ਵਾਲੀ ਗੱਲ। ਅਤੇ ਕਿਉਂਕਿ ਮਿੱਟੀ ਦੇ ਵਿੱਚ ਪਹਿਲੇ ਤਾਂ ਮੈਂ ਤੂੜੀ ਲੈ ਕੇ ਆਊਂਗਾ ਫਿਰ ਕਹਾਣੀ ਕਰੂੰਗਾ, ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਮਿੱਟੀ 'ਤੇ। ਅਤੇ ਇਹੀ ਮੈਂ ਸੋਚਿਆ ਹੁਣ ਕਿ ਮਿੱਟੀ ਦਾ ਪ੍ਰੋਗਰਾਮ ਜਿਹੜਾ ਨਾ ਉਹ ਚੇਂਜ ਕਰ ਲੈਂਦੇ, ਅਤੇ ਮੈਂ ਰਾਤ ਜਿਹੜਾ ਨਾ ਰਾਤ ਮੇਰਾ ਬਿਸਤਰਾ ਆ ਚੈੱਕ ਕਰੋ ਆ ਇੱਥੇ ਪਿਆ, ਆ ਹੁਣ ਮੈਂ ਆਪਣੇ ਕੱਪੜੇ ਚੇਂਜ ਕੀਤੇ, ਇਹ ਮੇਰਾ ਕੰਬਲ ਵਗੈਰਾ ਸਾਰਾ ਇੱਥੇ, ਯਾਨੀ ਕਿ ਰਾਤ ਮੈਂ ਇੱਥੇ ਹੀ ਇਸ ਛੱਪਰ ਥੱਲੇ ਗੁਜ਼ਾਰਦਾ। ਅਤੇ ਫਿਰ ਵੀਡੀਓ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਦਬਾ ਕੇ ਸ਼ੇਅਰ ਕਰਨੀ ਵੀਡੀਓ। ਅਤੇ ਅੱਜ ਆਪਾਂ ਇਹਦੀ ਕੁੰਡੀ ਲੱਗ ਗਈ, ਅਤੇ ਹੁਣ ਜਿਹੜਾ ਉਹ ਆ ਉਹਨਾਂ ਦਾ, ਯਾਨੀ ਕਿ ਇੱਕ ਨੂੰ ਤਾਂ ਤਾਲਾ ਲੱਗਣਾ ਅਤੇ ਦੂਸਰੇ ਨੂੰ ਇੱਕ ਤਾਲਾ ਹੈਗਾ, ਸਾਡੇ ਕੋਲ ਇੱਕ ਹੈ ਨਹੀਂ ਗਾ। ਚਲੋ ਅੱਛਾ ਕੋਈ ਨਹੀਂ, ਇਹਨੂੰ ਤਾਲਾ ਲਾ ਦਿੰਦੇ, ਇਸ ਨੂੰ ਤਾਲਾ ਲਾਉਂਦੇ, ਅਤੇ ਅੱਛਾ ਅਤੇ ਦੂਸਰਾ ਵੈਸੇ ਬੰਦ ਕਰ ਦਿੰਦੇ। ਚਲੋ ਇਹ ਤਾਂ ਹੋਊਗਾ ਵੀ ਲੋਕਾਂ ਨੇ ਜਿਹੜਾ ਵੀ ਕੋਈ ਆਇਆ ਤੁਹਾਨੂੰ ਪਤਾ ਹੋਊਗਾ ਵੀ ਤਾਲਾ ਲੱਗਾ, ਘਰ ਕੋਈ ਨਹੀਂ ਹੈਗਾ ਕੋਈ ਵੀ, ਅਤੇ ਇਹਨੂੰ ਵੀ ਤਾਲਾ ਲਾ ਦਿੰਦੇ।
ਇਹਨੂੰ ਤਾਲਾ ਨਹੀਂ, ਇਹਦਾ ਸਿਰਫ ਲਾਕ ਹੀ ਹੈ ਕਿਉਂਕਿ ਇਹਦਾ ਤਾਲਾ ਕੋਈ ਨਹੀਂ ਹੈ। ਅਤੇ ਬਹੁਤ ਸਾਰੇ ਭੈਣਾਂ ਭਰਾਵਾਂ ਦੇ ਨਾਲ, ਤੋ ਇੱਕ ਮਿੰਟ ਮੈਂ ਦਰਵਾਜ਼ਾ ਬੰਦ ਕਰ ਲਵਾਂ। ਅੱਛਾ ਜੀ, ਬਹੁਤ ਸਾਰੇ ਭੈਣਾਂ ਭਰਾਵਾਂ ਦੇ ਕਮੈਂਟ ਸੀਗੇ ਕਿ ਤੁਸੀਂ ਨਾ ਵਾਸ਼ਰੂਮਾਂ ਦਾ ਦਰਵਾਜ਼ੇ ਜਿਹੜੇ ਖਰਾਬ ਕਰ ਲਏ, ਅਤੇ ਵਾਕਈ ਤੁਹਾਡੀ ਗੱਲ ਸਹੀ ਹੈ, ਬਚਾਅ ਹੈ ਇਸ ਗੱਲ ਨੂੰ ਮੈਂ ਮੰਨਦਾ ਕਿ ਦਰਵਾਜ਼ੇ ਜਿਹੜੇ ਨਾ ਖਰਾਬ ਹੋ ਗਏ। ਉਹ ਫਿਰ ਜਦੋਂ ਆਹ ਨਾਲ ਅਸੀਂ ਬਣਾਇਆ ਸੀ ਨਾ ਦਰਵਾਜ਼ਾ, ਅਤੇ ਅਸੀਂ ਉਸੇ ਉਹਨਾਂ ਦੇ ਦਰਵਾਜ਼ੇ ਵੀ ਨਾਲ, ਸਾਨੂੰ ਇਹ ਨਹੀਂ ਸੀ ਪਤਾ ਵੀ ਬਾਰਿਸ਼ ਨਾਲ ਖਰਾਬ ਹੋ ਜਾਣੇ। ਅਤੇ ਚਲੋ ਅੱਛਾ, ਉਹਦਾ ਰੰਗ ਸ਼ੰਗ ਆਇਆ ਪਿਆ, ਹਰ ਸ਼ੈ ਮੁਕੰਮਲ ਆਇਆ ਪਿਆ, ਰੰਗ ਵੀ ਆਇਆ ਪਿਆ ਉਹਨਾਂ ਦਰਵਾਜ਼ਿਆਂ ਦਾ। ਸਿਰਫ ਹਜੇ ਨਾ ਅਸੀਂ ਸੋਚਦੇ ਹਾਂ ਵੀ ਚਲੋ ਮਿੱਟੀ ਲੱਗ ਲੱਗਣੇ ਇੱਕ ਵਾਰੀ, ਅਤੇ ਫਿਰ ਉਹਨਾਂ ਨੂੰ ਰੰਗ ਸ਼ੰਗ ਫੇਰ ਦੇਵਾਂਗੇ। ਇਸੇ ਨਾਲ ਜਾ ਰਿਹਾ ਕਿਉਂਕਿ ਹਮਸਾਇਆ ਥੋੜ੍ਹਾ ਜਿਹਾ ਦੂਰ ਆ ਸਾਡੇ, ਅਤੇ ਉਹਨਾਂ ਹਮਸਾਇਆਂ ਕੋਲ ਨਾ ਮੈਂ ਲੈ ਕੇ ਆਉਣਾ ਮੋਟਰਸਾਈਕਲ। ਅਤੇ ਧੁੱਪ ਵੀ ਬਹੁਤ ਕੜਾਕੇਦਾਰ ਨਿਕਲੀ ਹੈ, ਤਕਰੀਬਨ ਹੈਗਾ 3-4 ਦਾ ਟਾਈਮ। ਅਤੇ ਮੈਂ ਆਪਣਾ ਰਸਤੇ ਨਾਲ ਜਾ ਰਿਹਾ, ਮਾਸ਼ਾਅੱਲਾ ਜੀ ਫਸਲਾਂ ਚੈੱਕ ਕਰੋ, ਬਾਜਰੇ ਦੀ ਫਸਲ ਇਸ ਪਾਸੇ ਤੋੜੋ ਤੋੜ, ਅਤੇ ਸਾਡਾ ਕੱਚਾ ਰਸਤਾ ਚੈੱਕ ਕਰੋ। ਅਤੇ ਅੱਜ ਕੱਲ੍ਹ ਸੀਗੀ ਤਿਲੀ ਦੀ ਫਸਲ, ਤਿਲੀ ਦੀ ਫਸਲ ਸਾਰੀ ਨਾ ਅਗਲੇ ਨਾਲ ਚੁੱਕ ਚੱਕ ਲਈ ਸਾਰੀ, ਮਤਲਬ ਕਿ ਕੱਢ ਲਈ ਤਲੀ, ਅਤੇ ਮੈਂ ਵੀ ਤਿਲੀ 'ਤੇ ਦਿਹਾੜੀਆਂ 'ਤੇ ਜਾਂਦਾ ਰਿਹਾ। ਫਾਈਨਲੀ ਮੋਟਰਸਾਈਕਲ ਜਿਹੜਾ ਨਾ ਸਾਨੂੰ ਉੱਥੋਂ ਵੀ ਮੈਨੂੰ ਨਹੀਂ ਲੱਭਿਆ, ਅਤੇ ਉਹਨਾਂ ਨੂੰ ਪੈਸੇ ਦੇ ਦਿੱਤੇ, ਉਹਨਾਂ ਨੇ ਕਿਹਾ ਅਗਰ ਜਿਸ ਟਾਈਮ ਵੀ ਤੁਸੀਂ ਆਇਓ ਨਾ, ਅਤੇ ਮੇਰਾ ਇੱਕ ਸੀਮਿੰਟ ਦਾ ਗੱਟੂ ਜਿਹੜਾ ਨਾ ਉਹ ਲਈ ਆਇਓ, ਅਤੇ ਉਹਨਾਂ ਨੇ ਕਿਹਾ ਸ਼ਾਇਦ ਅਸੀਂ ਨਾ ਝੱਟ 'ਤੇ ਚੱਕਰ ਲਾਈਏ, ਅਗਰ ਝੱਟ 'ਤੇ ਚੱਕਰ ਲੱਗਾ ਤਾਂ ਉਹ ਗੱਟੂ ਯਾਨੀ ਕਿ ਸੀਮਿੰਟ ਦਾ ਲਈ ਆਉਣਗੇ, ਕਿਉਂਕਿ ਇਹਨਾਂ ਦੀ ਇੱਥੇ ਦੁਕਾਨ ਸੀਗੀ, ਵੱਡੇ ਦੀ ਦੁਕਾਨ 'ਤੇ ਕੰਮ ਕਰਦੇ, ਅਤੇ ਇਸ ਕਰਕੇ ਮੈਂ ਉਹਨਾਂ ਨੂੰ ਪੈਸੇ ਦੇ ਆਇਆ, ਅਤੇ ਅੱਲਾ ਖੈਰ ਕਰੇ ਦੇਖਦੇ ਹਾਂ। ਅਤੇ ਫਾਈਨਲੀ ਸੀਮਿੰਟ ਦਾ ਗੱਟੂ ਆ ਚੁੱਕਿਆ, ਹੁਣ ਮੈਂ ਲੱਗਿਆ। ਅੱਛਾ, ਰੇੜੀ ਦੇ ਵਿੱਚ ਸੀਮਿੰਟ ਲੈ ਆਇਆ ਮੈਂ ਇੱਕ ਗੱਟੂ, ਅਤੇ ਬਾਕੀ ਜਿਹੜਾ ਇਹਦੇ ਵਿੱਚ ਪਿਆ ਉਹ ਪਾ ਕੇ ਚੈੱਕ ਕਰਦੇ ਵੀ ਕਿੰਨਾ ਕੁ, ਅਤੇ ਬਾਕੀ ਉਹਦੇ ਵਿੱਚੋਂ ਕੱਢ ਲੈਣੇ। ਮਾਸ਼ਾਅੱਲਾ ਜੀ, ਸੀਮਿੰਟ ਦੇਖ ਲਓ ਆ ਗਿਆ, ਕੋਸ਼ਿਸ਼ ਕੀਤੀ ਅਤੇ ਓਲਾ ਕੀਤਾ, ਉਹ ਕਹਿੰਦਾ ਮੈਂ ਆਉਣ ਵਾਲਾ ਸੀਗਾ ਅਤੇ ਤੇਰੀ ਕਾਲ ਚੱਲ ਗਈ ਉਧਰੋਂ, ਅਤੇ ਫਿਰ ਉਹ ਦਸਤੀ ਸੀਮਿੰਟ ਆਉਂਦਾ ਲਈ ਆਇਆ। ਮੋਟਰਸਾਈਕਲ ਨਹੀਂ ਲੱਭਿਆ, ਮੋਟਰਸਾਈਕਲ ਉਹਨਾਂ ਬੋਲਦੇ ਸੀਗਾ ਦੁਕਾਨ 'ਤੇ, ਨਹੀਂ ਤਾਂ ਮੋਟਰਸਾਈਕਲ ਲੱਭ ਜਾਣਾ ਸੀ। ਉਹ ਕਹਿੰਦਾ ਤੁਸੀਂ ਲਿਆਉਣਾ ਕੀ ਹੈ, ਮੈਂ ਕਿਹਾ ਸੀਮਿੰਟ ਲਿਆਉਣਾ, ਕਹਿੰਦਾ ਅੱਲਾ ਕੀਤਾ ਸੀਮਿੰਟ ਦਾ ਗੱਡੂ ਦੇ ਗਿਆ, ਮੇਰਾ ਕੰਮ ਚੱਲ ਗਿਆ। ਉੱਥੇ ਪਹੁੰਚਣਾ ਨਹੀਂ, ਆਹ ਜਿਹੜਾ ਪੈਪ ਇਹ ਪੈਪ ਲਾ ਕੇ ਨਾ ਪਿੱਛੇ, ਅਤੇ ਅੱਗੇ ਉਹ ਦੂਸਰਾ ਪੈਪ ਲਾਉਂਗਾ। ਹੁਣ ਤਾਂ ਸਾਡਾ ਚੱਲ ਗਿਆ, ਇਸ ਤਰੀਕੇ ਨਾਲ ਕਰਾਈ ਅਸੀਂ ਪੂਰਾ ਬਾਹਰੋਂ ਮੁਕੰਮਲ ਕਰਾਂਗੇ। ਉਸ ਨੂੰ ਕੱਢ ਲਵੇ, ਫਿਰ ਇਹਨੂੰ ਦੁਬਾਰਾ ਪਾਣੀ ਲਾ ਕੇ, ਅਤੇ ਫਿਰ ਇਹ ਤੇਲ ਖੈਰ ਕਰੇ ਸ਼ੁਰੂ ਕਰਾਂਗੇ। 2 ਮਿੰਟ ਮੈਂ ਸਾਹ ਲੈ ਲਵੇ, ਕਿਉਂਕਿ ਜਿਹੜੀ ਬੱਤਰ ਸੀ ਨਾ ਖੁਸ਼ਕ ਖੁਸ਼ਕ ਰੰਗ ਤਾਰ ਹੋ ਜਾਵੇ, ਤਾਂ ਕਿ ਨਾ ਸਫਾਈ ਸਹੀ ਆਵੇ। ਅਗਰ ਹੁਣ ਪਾਉਂਦੇ ਗੱਟੂ, ਸਾਰਾ ਸਮਾਨ ਲਿਆ ਕੇ ਖੜਾ ਗਿਆ, ਭੁੱਲ ਲੈ ਮੇਰਾ ਸੋਫਾ ਭਿੱਜ ਗਿਆ, ਉੱਤੇ ਮਾਰਨਾ ਅੱਛਾ ਧੁੱਪੇ ਰੱਖ ਦਿੰਦੇ।
ਮਸਾਲਾ ਮੈਂ ਬਣਾ ਲਿਆ ਅਤੇ ਤਰਾਈ ਮੈਂ ਦੁਬਾਰਾ ਲਾ ਲਈ ਸੀਗੀ ਅਤੇ ਆਹ ਬਾਲਟੀ ਪਾਣੀ ਦੀ ਮੇਰੇ ਕੋਲ ਗੁਰਮਾਲਾ ਕਾਂਡੀ ਵਗੈਰਾ ਸਾਰਾ ਸਮਾਨ ਮੈਂ ਉੱਥੇ ਰੱਖ ਦਿੱਤਾ ਅਤੇ ਕੱਪੜੇ ਛੱਪੜੇ ਅਸੀਂ ਪਾ ਲਏ ਥੱਲੇ ਅਤੇ ਮਸਾਲਾ ਵੀ ਸਾਡਾ ਤਿਆਰ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਪਹਿਲਾਂ ਛਾਪ ਲਾਈ ਸੀ, ਛਾਪ ਲਾ ਕੇ ਫਿਰ ਗੁਰਮਾਲਾ 'ਚ ਲਾਉਣਾ। ਦੇਖੋ ਜੀ ਅੱਜ ਸਿੱਧਾ ਪਲਸਤਰ ਹੈ, ਕੋਈ ਆਲੇ ਟਾਲੇ ਨਹੀਂ ਹੈਗੇ। ਜੀ ਪਹਿਲਾਂ ਇਹਨੂੰ ਗੁੰਝਦੇ ਹਾਂ ਇਸ ਪਲਸਰ ਨੂੰ ਅਤੇ ਫਿਰ ਬਾਅਦ ਵਿੱਚ ਦੂਸਰਾ। ਅੱਛਾ ਜੀ ਤਰਾਈ ਲੱਗਦਾ ਮੇਰੀ ਘੱਟ ਹੈ, ਥੋੜ੍ਹੀ ਥੋੜ੍ਹੀ ਜਿਹੀ ਤਰਾਈ ਹੋਰ ਕਰਨੀ ਪੈਣੀ।
ਦੇਖਦਾ ਜੀ ਮਾਸ਼ਾਅੱਲਾ ਮਾਸ਼ਾਅੱਲਾ, ਇਹ ਦੇਖਦੇ ਜੀ ਪਲੱਸਟਰ ਬਿਲਕੁਲ ਕਲੀਅਰ ਹੋ ਚੁੱਕਿਆ, ਕੋਈ ਕਮੀ ਪੇਸ਼ੀ ਇਹਦੇ ਵਿੱਚ ਹੋਵੇ ਤਾਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਬਿਲਕੁਲ ਸਹੀ ਆ ਜਾਂ ਨਹੀਂ ਸਹੀ। ਇਹ ਤਾਂ ਬਿਲਕੁਲ ਓਕੇ ਹੋ ਚੁੱਕਿਆ ਇਸ ਵਾਸਤੇ, ਅਤੇ ਬਾਕੀ ਇਹਦਾ ਹਜੇ ਉਤਲਾ ਕਿਨਾਰਾ ਲਾਉਣਾ ਉਹ ਵੀ ਲਾਉਂਦੇ। ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ, ਇਹ ਪਲਸਤਰ ਸਾਡਾ ਚੈੱਕ ਕਰੋ ਕਿੱਦਾਂ ਦਾ ਲੱਗਦਾ, ਬਿਲਕੁਲ ਫਾਈਨਲ ਹੋ ਚੁੱਕਿਆ। ਅਤੇ ਉੱਤੋਂ ਕਿਨਾਰੀ ਇੱਦਾਂ ਦੀ ਬਣਾਉਣੀ ਹੈ ਸਾਰੀ ਆਲ ਟੂ ਆਲ। ਅਤੇ ਇਸ ਇਹਦੇ ਉੱਤੇ ਆ ਜਿਹੜੀ ਮਿੱਟੀ ਇਹਨੂੰ ਝਾੜ ਦੇਣਾ ਤਾਂ ਕਿ ਡਿਜ਼ਾਇਨ ਨਾ ਖਰਾਬ ਹੋਵੇ।